ਟੈਨਸ਼ਨ ਲੈ ਲੈ ਉਹ ਜੱਗੂਆ ਕੈਮਰਾ ਮਗਰਾ ਚੱਲਦਾ ਨੀ ਕੀ ਕੈਮਰੇ ਦਿੱਤਾ ਹੀ ਨੀ ਉਹਨਾਂ ਨੇ ਜਾਣਾ ਕਿਉਂ ਮੈਂ ਇੰਨੇ 2-2 ਲੱਖ ਰੁਪਈਆ ਲੈ ਲਿਆ ਕੈਮਰੇ ਲਵਾਉਣਾ ਪੈਣਾ ਵਾ ਮੈਂ ਬਹੁਤ ਟਾਈਮ ਦਾ ਕਹਿੰਦਾ ਸੀ ਸਾਲੇ ਨੇ ਫੜੇ ਹੀ ਹੋਣੇ ਆ ਮੈਚ ਖੇਡ ਕੇ ਹਾਰੀ ਆ ਨਾ ਕੋਈ ਚੱਕਰ ਨਹੀਂ ਆ ਯਾਰ ਮੈਚ ਕੀ ਕੀਤਾ ਜਿੱਦਾਂ ਦੀ ਖੁਸ਼ੀ ਹੋਈ ਆ ਉਦਾਂ ਦੀ ਚਲਾ ਗਾ ਢਾਡੀ ਲੈ ਟੁੱਟੀ ਬੇਟਾ ਨੁਕਸਾਨ ਹੋ ਗਿਆ ਮੈਂ ਕੀ ਹੋਇਆ ਕਹਿੰਦਾ ਸਾਰਾ ਲੈ ਟੁੱਟ ਗਈ ਅਸੀਂ ਦੇਖਣ ਨਾ ਜਾਈਏ ਮੈਂ ਕਿਹਾ ਚੱਲ ਰਹਿਣ ਦੇ ਬਾਹਰ ਹੀ ਦੇਖਾਂਗੇ ਗੱਡੀ ਸਾਡੇ ਲਾਲੀ ਕਮਰਾਵਾਂ ਤੋਂ ਸਾਡੇ ਯੂਐਸ ਵਾਲੇ ਲਾਲੀ ਦੇ ਯਾਰ ਮਿੱਤਰ ਆਏ ਆ ਗੁੱਲੂ ਭਰਾ ਹੁਣੀ ਉਹਨਾਂ ਦਾ ਜੀ ਆਇਆਂ ਨੂੰ ਕਰਦੇ ਆ ਲਾਲੀ ਕਮਰਾਈ ਯੂਐਸ ਸੁਨੀਲ ਦਾ ਥੈਂਕ ਯੂ ਸੈਮੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਇੱਕ ਪਾਸੇ ਟੀਮ ਚੰਗੀਆਂ ਪ੍ਰਸ ਮਾਲੂਪੁਰ ਤੇ ਬਾਬਾ ਨਾਮਦੇਵ ਕਬੱਡੀ ਕਲੱਬ ਘਮਾਣ ਇਹ ਦੋਵੇਂ ਪਹਿਲੇ ਸੈਮੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਾ ਸੰਦੀਪ ਵਡਾਲਾ ਜੀ ਤੇ ਨਾਲ ਲੱਖਾ ਮੰਦਾਨੀ ਜਿਹੜੇ ਬੁਲਟ ਮੋਟਰਸਾਈਕਲ ਅੱਜ ਦੇ ਖੇਡ ਮੇਲੇ ਦੇ ਵਿੱਚ ਗੋਪੀ ਤੇ ਭਾਊ ਨੂੰ ਮਾਨ ਸਨਮਾਨ ਦਿੰਦੇ ਬੜੀ ਮਿਹਨਤ ਕਰਦੀ ਆ ਤਾਂ ਜਾ ਕੇ ਮੇਰੇ ਘਰੇ ਨੇ ਪੁੱਛਿਆ ਵੀਰ ਜੀ ਚੰਗੇ ਭਾਗ ਨੇ ਘਰੇ ਆ ਤੇਰੇ ਚੜਿਆ ਜਾਂਦਾ ਢਾਕ ਪਰਾਈ ਮੈਂ ਜਰਮਨ ਤੂੰ ਆ ਮੈਂ ਬਾਅਦ ਪਛਾਣਾ ਮੈਂ ਕਿਹਾ ਹਰਿਆਣੇ ਭਾਈ ਦੂਜਾ ਨੀ ਆਇਆ ਨਾਲ ਤੁਹਾਡਾ ਜੁੱਟ ਜਾਫੀ ਜਿਹੜਾ ਨਾਲ ਦੂਜਾ ਕਿਹੜੇ ਪਾਸੇ ਲੈ ਕੇ ਜਾਂਦੀ ਆ ਉਧਰ ਕੋਈ ਮੇਰੇ ਹਿਸਾਬ ਨਾਲ ਜਾਂਦਾ ਯਾਰ ਸਹੀ ਜਦੋਂ ਮਰਦੀ ਹੈ ਇੰਨਾ ਕਰਾਉਣੀ ਹੈ ਇੱਥੇ ਫੋਟੋ ਜਦੋਂ ਮਰਦੀ ਹੈ ਫੋਟੋ ਜਾਂਦੀ ਆ ਉਧਰ ਜਾਂਦੀ ਆ ਇਹ ਠੀਕਾ ਨਾਲ ਮੋੜ ਲਈਏ ਮੈਂ ਉਧਰ ਹੀ ਆ ਗਿਆ ਓਏ ਉੱਪਰ ਦੀ ਘੁੰਮ ਜਾਉਂਦੀ ਆ ਇਹ ਆਹੋ ਉੱਧਰ ਲੈ ਜਾਣੀ ਆ ਆਹੋ ਉੱਧਰ ਲੈ ਜਾਣੀ ਆ ਚੱਕੂ ਬਾਹਰ ਉੱਪਰ ਦੀ ਘੁੰਮ ਬੈਠ ਬੈਠ ਚੱਲ ਮੈਂ ਤੋਰੇ ਬੰਦੇ ਬੈਠ ਭੈਣ ਦੇ ਬੰਦੇ ਤੋਰਨੇ ਵੀਰੇ ਰੋਕ ਤੇ ਜਾ ਯਾਰ ਕੈਮਰਾ ਮਗਰਾ ਚੱਲਦਾ ਨੀ ਕੈਮਰੇ ਦਿੱਤਾ ਹੀ ਨੀ ਉਹਨਾਂ ਨੇ ਜਾਣਾ ਕਿਉਂ ਇੰਨੇ 2-3 ਲੱਖ ਰੁਪਈਆ ਲੈ ਲਿਆ ਕੈਮਰੇ
ਲਵਾਉਣਾ ਪੈਣਾ ਵਾ ਟੌਪ ਵਾ ਅੱਛਾ ਸਭ ਤੋਂ ਟੌਪ ਆ ਸਭ ਤੋਂ ਟੌਪ ਦੀ ਪਤਾ ਕੀ ਬਾਈ ਜਿਹੜੀ ਪਹਿਲਾਂ ਕੱਢੀ ਸੀ ਨਾ ਇਹਨਾਂ ਨੇ ਉਤੋਂ ਥੋੜੀ ਜਿਹੀ ਬਹੁਤ ਫਿਊਚਰ ਘਟਾਤੇ ਆ ਜਿਹਦੇ ਚ ਫਿਊਚਰ ਘਟਾਤੇ ਆ ਫਿਰ ਲੋਕੀ ਦੂਜੀ ਗੈਲ ਲੈਣ ਲੱਗ ਗਏ ਉਹ ਚ ਫਿਊਚਰ ਜਾਰੀ ਕਰਦੇ ਆ ਪਰ ਚੀਜ਼ ਇਹੀ ਆ ਯਾਰ ਜੱਜ ਦੀ ਇਹੀ ਆ ਉਹਦਾ ਐਵੇਂ ਕੋਟੀ ਜੀ ਆ ਜੱਗੂ ਭਾਅ ਜਦੋਂ ਮਿਹਨਤ ਦੇ ਨਾਲ ਇਦਾਂ ਨਾ ਚੀਜ਼ਾਂ ਮਿਲਦੀਆਂ ਕਿੰਨਾ ਕੁ ਫਰਿਆਦ ਨੂੰ ਕੁਛ ਕਦੋਂ ਦਾ ਫਰਿਆਦ ਆ ਮੈਂ ਫਰਿਆਦ ਜੀ ਆਪਣੀ ਮਿਹਨਤ ਕੀਤੀ ਅੱਜ ਪੱਲੇ ਪਈ ਆ ਹਾਂਜੀ ਹਾਂਜੀ 6-7 ਸਾਲ ਉਹ 8 ਲਾਲਾ ਸਾਹਿਬ ਪਹਿਲਾਂ ਰੋਲ ਕਿੰਗ ਚ ਖੇਡੇ ਆ ਇਕੱਠੇ ਹਨਾ ਪਹਿਲਾਂ ਫਰਿਆਦ ਨੂੰ ਜਦੋਂ ਸਮਾਨ ਧੋਇਆ ਦੇਖ ਲਾ ਕਿੰਨਾ ਚਾਹ ਹੀ ਸਾਨੂੰ ਸਾਰਿਆਂ ਨੂੰ ਹੌਲੀ ਹੌਲੀ ਸਾਡੇ ਯਾਰ ਸਾਰੇ ਉੱਧਰ ਵੀ ਸਾਡੇ ਨੇ ਕਈ ਉੱਧਰ ਵੀ ਯਾਰ ਗਏ ਅੱਛਾ ਉੱਧਰ ਵੀ ਯਾਰ ਗਏ ਆਨੰਦਪੁਰ ਸਾਹਿਬ ਸੀਗਾ ਮੈਚ ਅੱਛਾ ਆ ਬਹਿ ਜਾ ਉਹ ਬਹਿ ਜਾ ਕਿੰਦੇ ਬਹਿ ਜਾ ਯਾਰ ਆ ਕਿੰਦੇ ਤੇ ਚਾਰ ਗੱਲਾਂ ਸੁਣਾਵੇ ਨਾਲ ਬੈਲੇ ਨਾਲ ਵੀਡੀਓ ਚਾਹੂੰਗਾ ਚਾਰ ਗੱਲਾਂ ਤੇਰਾ ਭਰਾ ਨਾਲ ਆ ਸਕਰੀਨ ਉੱਡ ਨਾਲ ਆਈ ਜਾ ਆ ਹੈਡ ਫੋਨ ਕਰੇ ਆ ਇਹ ਮੇਰੇ ਹੀ ਆ ਪਿੱਛੇ ਫੜ ਲੈ ਵਿੱਚੋਂ ਕੋਈ ਹੋਰ ਕੱਢ ਲੈ ਸਾਰਾ ਬਾਬੇ ਨੇ ਖੋਲ ਦੀ ਰੁਕੀ ਮਾਰ ਬਾਰੀ ਆ ਮੜਿਆ ਨਾ ਸ਼ੀਸ਼ਾ ਖੋਲ ਕੇ ਕਰ ਬਾਈ ਠੀਕ ਆ ਬਾਬੇ ਇਹਨੇ ਮਰੂੜਤਾ ਭੈਣ ਆ ਇਹ ਵੀਡੀਓ ਬਣ ਲੱਗੀ ਆ ਬਾਬੇ ਦੀ ਬਣਾ ਬਹੁਤ ਸੇਵਾ ਕਰਦਾ ਯਾਰ ਤੈਨੂੰ ਭਰਾ ਬਾਬਾ ਬਹੁਤ ਸੇਵਾ ਕਰਦਾ ਯਾਰ ਹਾਂ ਬਾਬਾ ਇਹ ਵਿਚਾਰਾ ਬਹੁਤ ਜ਼ਿਆਦਾ ਸੇਵਾ ਕਰਦਾ ਯਾਰ ਭਾਈ ਗਰਾਊਂਡ ਦੀ ਬਹੁਤ ਸੇਵਾ ਕਰਦਾ ਆਪਣੇ ਪਲੇਅਰਾਂ ਦੀ ਇੰਜਰੀ ਦਾ ਖਿਆਲ ਵੀ ਇਹੀ ਰੱਖਦੇ ਹਨਾ ਫਰਿਆਦ ਭਾਜੀ ਆ ਹੋਰ ਯਾਰ ਭਾਈ ਸਿੱਧੇ ਫਰਿਆਦ ਉਹ ਮੋਰੇ ਗੱਡੀਆਂ ਨੇ ਮੈਂ ਲੰਘ ਲੈਂਦੇ ਉਹਨੂੰ ਆਜੋ ਭੈਣ ਜੀ ਨਾ ਡਿੱਪਰ ਤਾਂ ਮੈਂ ਤੁਹਾਨੂੰ ਮਿਲਾਈ ਨਾ ਆ ਗਿਆ ਸਨਮਾਨ ਤਾਂ ਕਰਾਉਣਾ ਭਾਈ ਯਾਰ ਮੇਰਾ ਕੜੇ ਨਾਲ ਲੈਣਾ ਤੇਰਾ ਗੱਡੀ ਨਾਲ ਕਰਾ ਦੇਣੇ ਯਾਰ ਇਹ ਨਾ ਸਕਾਰਪੀਓ ਨਾਲ ਪਲੇਅਰਾਂ ਦਾ ਕੀ ਆ ਨਹੀਂ ਚਾਂਦੀ ਦਾ ਕੜਾ ਲੈਣਾ ਪੈਟੀ ਚਾਂਦੀ ਦਾ ਕੜਾ ਲੈਣਾ ਲੈ ਦੇਾਂਗੇ ਇਹਦੇ ਪਿੰਡ ਫਰਿਆਦ ਦੇ ਨਹੀਂ ਸਿੱਧੂਵਾਲ ਭਾਈ ਨਹੀਂ ਸਿੱਧੂਵਾਲ ਸਾਨੂੰ ਪੁੱਛਦੇ ਹੀ ਨਹੀਂ ਭਰਾਵਾ ਉਹ ਤਾਂ ਨਹੀਂ ਯਾਰ ਭਾਈ ਸਿੱਧੂਵਾਲ ਪੁੱਛਦਾ ਭਾਈ ਪਰ ਉਹ ਸਾਨੂੰ ਪੁੱਛਦੇ ਨਹੀਂ ਇਹਨੂੰ ਪੁੱਛਦੇ ਆ ਨਾ ਇਹਦੇ ਪਿਛਲੇ ਸਾਈਕਲ ਦਿੱਤਾ ਉਹਨਾਂ ਨੇ ਪਿਛਲੇ ਸਾਈਕਲ ਦਿੱਤਾ ਹੈ ਨਾ ਤਾਂ ਕਹਿੰਦਾ ਇਹ ਤੀ ਕੜਾ ਲੈਣਾ ਵਾ ਫਰਿਆਦ ਉਹ ਆਪਣੇ ਕਹਿਣੇ ਚ ਟੂਰਨਾਮੈਂਟ ਹੈ ਨਹੀਂ ਅੱਜ ਤਾਂ ਜ਼ੋਰ ਪੂਰਾ ਮਾਰਾਂਗੇ ਹਾਂ ਸਹੀ ਗੱਲ ਆ ਤੋਰ ਲੈ ਤੇ ਦਰਦ ਹੁੰਦੀ ਆ ਆਹੋ ਇੱਕ ਗੱਲ ਆ ਜਿੱਦਾਂ ਮਰਜ਼ੀ ਆ ਨਾ ਪੁਰਾਣੇ ਟਰੈਕਟਰ ਤੇ ਯਾਰ ਇੱਥੇ ਜਾਂਦੇ ਬੰਦ ਹੋ ਜਾਂਦੇ ਜਿਹੜਾ ਨਵੇਂ ਦਾ ਸਵਾਦ ਆਇਆ ਨਾ ਯਾਰ ਉਹ ਵੱਖਰਾ ਹੀ ਆ ਯਾਰ ਵਿਖਾਉਣ ਵਾਸਤੇ ਨਹੀਂ ਆ ਹਾਂ ਵਿਖਾਉਣ ਵਾਸਤੇ ਸਿੱਧੂਵਾਲ ਦਾ ਬੋਲਿਆ ਸੀ ਆਪਾਂ ਕਿਰਪਾ ਹੋ ਜਾਣੀ ਟੈਨਸ਼ਨ ਆ ਸਾਰੇ ਤੇਰੇ ਵਰਗੇ ਵੀਰੇ ਸਹੀ ਗੱਲ ਆ ਇੱਧਰ ਫਰਿਆਦ ਭਾਵ ਨਾਲ ਦੇ ਕਿੰਨੀ ਮਿਹਨਤ ਕੀਤੀ ਹੋਰ ਖੁਦ ਆਪ ਯਾਰ ਸਕੂਲ ਜਾਣ ਨੂੰ ਪੈਂਦਾ ਸਾਈਕਲ ਨਹੀਂ ਹੁੰਦਾ ਜੀ ਭਰਾਵਾ ਐਂ ਯਾਰ ਮੈਂ ਤੇ ਫਰਿਆਦ ਹਨਾ 35 ਕਿਲੋ 40 ਤੋਂ ਖੇਡਦੇ ਆ ਇੱਧਰ ਨਹੀਂ ਅੱਜ ਹਾਂ ਹਾਂ ਇੱਧਰ ਹੀ ਜਾਣਾ ਫਰਿਆਦ ਅਸੀਂ 35-40 ਕਿਲੋ ਤਾਂ ਇਕੱਠੇ ਖੇਡਦੇ ਹਾਂ ਭਾਈ ਮੈਂ ਤਾਂ ਦਿੱਲੀ ਵੀ ਆਇਆ ਸਾਈਕਲ ਤੇ ਅੱਛਾ ਲੈ ਬੱਲੇ ਤੇਰੇ ਤੇਰੀ ਸਫਲਤਾ ਹੈ ਬਾਬਾ ਆ ਦੇ ਬ੍ਰਿਆ ਤੇਰੇ ਇਧਰਲੇ ਹੱਥ ਭਾਈ ਦੇ ਸਾਰੇ ਇਧਰੋਂ ਹਾਂ ਹਾਂ ਇਧਰੋਂ ਆਇਆ ਉਹ ਲੇਕਿਨ ਉਹੀ ਰਸਤਾ ਆ ਗਿਆ ਭਾਈ ਗਿਆਨੀ ਦੇਖਿਆ ਨਹੀਂ ਤੂੰ ਸੌਦੇ ਗਿਆ ਭਾਈ ਮੈਂ ਤਾਂ 3 ਦਿਨ ਰਹਿ ਕੇ ਆਇਆ ਉੱਥੇ ਦਿੱਲੀ ਚੱਲ ਵਧੀਆ ਭਰਾਵਾ ਇਹਨਾਂ ਕੋਲੇ ਸੀ ਆਪਣੇ ਸਿੱਧੂ ਵਾਲੀ ਉੱਥੇ ਟੱਕਰੇ ਓਕੇ ਓਕੇ ਵਾਲੀ ਸਾਰੇ ਪਾਸੇ ਹੁੰਦੇ ਆ
ਨਹੀਂ ਅੱਜ ਖੁਸ਼ੀ ਦੀ ਗੱਲ ਆ, ਸਾਡੇ ਭਰਾ ਵੱਡਾ ਸੀਨੀਅਰ ਆ ਸਾਡੇ ਤੋਂ, ਨਾਲੇ ਕਬੱਡੀ ਮਿਲੀ ਆ ਉਹ ਕਰੀ ਨਹੀਂ ਦਿੱਤੀ ਸੈਲੀਬ੍ਰੇਟ ਸਾਨੂੰ ਕਿ ਉਦੋਂ ਮੈਚ ਹਰ ਜਾਂਦੇ ਬੁਰੀ ਤਰ੍ਹਾਂ ਕੋਈ ਬਿਆਦ ਭਾਈ ਚੱਲ ਹੁਣ ਉਹ ਮੈਚ ਖੇਡ ਕੇ ਹਾਰੀ ਆ ਨਾ ਕੋਈ ਚੱਕਰ ਨਹੀਂ, ਨਹੀਂ ਮੈਚ ਖੇਡ ਕੇ ਹਾਰੀ ਆ ਨਾ ਕੋਈ ਚੱਕਰ ਨਹੀਂ, ਆ ਯਾਰ ਮੈਚ ਕੀ ਕੀਤਾ ਜਿੱਦਾਂ ਦੀ ਖੁਸ਼ੀ ਹੋਈ ਆ ਉਦਾਂ ਦੀ ਚਲਾ ਗਾ ਵਾ ਹੋਰ ਯਾਰ, ਉਹ ਵੀ ਫੋਨ ਕਰੀ ਜਾਂਦੇ ਆ ਜਿਹੜਾ ਨੇ ਗੱਡੀਆਂ ਦੇਣੀਆਂ ਏਦਾਂ ਸਵਾਦ ਨੀ ਆਉਂਦਾ ਯਾਰ ਫਿਰ ਡਬਲ ਮੰਗਣ ਦੇ ਤੁਸੀਂ ਜੱਗੂ ਭਾ ਹਾਂਜੀ ਆਇਓ ਆਇਓ ਫਰਿਆਦ ਭਾਨੂੰ ਬੜੀ ਪਸੰਦ ਆਈ ਗੱਡੀ, ਗੱਡੀ ਦਾ ਸਕਾਰਪੀਓ ਯਾਰ ਭੈਣ ਚੋ ਹੋਰ ਤਾਂ ਹੋਰ ਯਾਰ ਮੈਂ ਕਾਹਨੂੰ ਪੰਗੇ ਲੈਣ ਅੱਗੇ ਇਹਨਾਂ ਚ ਮਸੀ ਨਿਕਲੇ ਯਾਰ, ਤੁਸੀਂ ਮੈਂ ਕੱਲ ਮੇਜਰ ਵਾਲੇ ਕਰਾ ਲਓ ਜੀ ਪਰਿਵਾਰ ਉੱਪਰ ਖੇਡਦਾ ਹੋਰ ਚਲੋ ਠੀਕ ਆ ਫਰਿਆਦ ਭਾਈ ਗੱਡੀ ਭਾਈ ਸੱਚੀ ਸ਼ਾਨਦਾਰ ਬੋਲਟਾ, ਆਪਾਂ ਕਦੋਂ ਲੈਣੀ ਆ ਨਾਲ ਦੀ ਫੇ ਆਪਾਂ ਵੀ ਲੈ ਲਾਂਗੇ ਜਦੋਂ ਕਿਸਮਤ ਹੋਈ ਆਪਣੀ, ਉਹ ਵੇ ਰਾਣੀ ਸੁੰਦਰੀ ਫੋਕਦੀ ਆਪਣੀ ਪੂਰੀ ਉਦਾਂ ਭਾਈ ਲੈਣੀ ਤਾਂ ਆਹ ਅਸੀਂ ਪਹਿਲਾਂ ਸਲਾਹ ਕੀਤੀ ਅਸੀਂ ਫੇਕ ਨਾ ਘਰ ਬਣਾਉਣਾ ਵਾ ਨਹੀਂ ਘਰ ਵੀ ਜ਼ਰੂਰੀ ਆ ਫੇਕ ਨਾ ਘਰ, ਜਦੋਂ ਉਹਨੂੰ ਕਿਹਾ ਭਾਈ ਅੱਗੇ ਮੈਂ ਗੱਡੀ ਦਾ ਕੀ ਫਾਇਦਾ ਉਦੋਂ ਬਾਅਦ ਬਾਲੇ ਡੇਗੇ ਤਾਂ ਗੱਡੀ ਸਵਾਇਆ ਕਰਾਂਗੇ ਸਾਰੇ ਮੈਂ ਕਿਹਾ ਵੀ ਆ ਮੈਂ ਭਾਈ ਕਹਿੰਦਾ ਚੱਲ ਪੰਜ ਜਾਣੇ ਪਾਉਂਦੇ ਕੋਈ ਨਾ ਰੋਜ਼ ਦਾ ਪਤਾ ਗੱਲ ਕੀ ਹੋਈ ਆ ਜਿੱਦਾਂ ਜਿੱਤਦੇ ਸੀ ਦੋਵਾਂ ਪੁਆਇੰਟਾਂ ਤੇ ਜਿਹੜੇ ਇੱਕੋ ਦਮ ਦੋ ਜਫੇ ਲੱਗ ਗਏ ਉਹ ਕੰਮ ਖਰਾਬ ਭਾਈ ਮੰਨ ਇਹ ਕਹਿੰਦਾ ਚੱਲ ਮੈਂ ਜੇ ਪਾਉਂਦਾ ਤੇ ਜਿੱਤ ਲੈਣਾ ਜਾਂ ਕੁਛ ਵੀ ਜੇ ਨਾ ਪਾਉਣਾ ਤਾਂ ਵੀ ਜਿੱਤਣਾ ਆਪੋ ਆਪਣੀ ਕਿਸਮਤ ਵੀ ਹੁੰਦੀ ਆ ਭਾਜੀ, ਆਹ ਵੇ ਦੁੱਲਾ ਬੈਠਾ ਆਪਣੇ ਵਾਲੀ ਵੀ ਇੱਥੇ ਹੀ ਆ ਸਤਾਰ ਭਰਾਵਾ ਪਿੰਡ ਨੂੰ ਵੀ ਜਾਣਾ ਆ ਆਪਣੇ ਵਾਲੀ ਵੀ ਇੱਥੇ ਹੀ ਆ ਟੈਨਸ਼ਨ ਨਾ ਲੈ ਭਾਜੀ, ਮੈਂ ਕਹਿੰਦਾ ਜਾ ਲੈ ਜਾ ਭਾਜੀ ਇੱਕ ਦਿਨ ਜਦੋਂ ਮਰਜ਼ੀ ਆ ਅੱਛਾ ਜਦ ਕਹਿ ਦੇਣਗੇ ਭਾਵਾਂ ਸਵੇਰੇ ਦੇਣ ਭਾਵਾਂ ਜਦੋਂ ਮਰਜ਼ੀ ਆਪਾਂ ਲਾਤੀ ਇੱਕ ਵਾਰ ਨੱਪ ਕੇ ਪੂਰੀ
ਕੁੜੀ ਦੇ ਵਿੱਚ ਮਾਰਦੇ ਸਕੂਟਰੀ ਦੇ ਦੇਖਦਾ ਨੀ ਉਹਨੇ ਮੇਰਾ ਕੀ ਕਿਹਾ ਢਾਡੀ ਲੈ ਟੁੱਟੀ ਜਿੰਨੀ ਬੇਟਾ ਨੁਕਸਾਨ ਹੋ ਗਿਆ ਮੈਂ ਕੀ ਹੈ ਕਿੱਦਾਂ ਸਾਰਾ ਲੈ ਟੁੱਟ ਗਈ ਅਸੀਂ ਦੇਖਣ ਨਾ ਜਾਈਏ ਮੈਂ ਕਿਹਾ ਚੱਲ ਰਹਿਣ ਦੇ ਬਾਹਰ ਹੀ ਦੇਖਾਂਗੇ ਗੱਡੀ ਟੁੱਟਾ ਕੋਹ ਨਹੀਂ ਭਾਜੀ ਆਪਣੀ ਜਾਨ ਚੜਾ ਗਈ ਮੈਂ ਕਿਹਾ ਤੇਰੇ ਚਲਾਉਣੀ ਨਹੀਂ ਆਉਂਦੀ ਬਾਈ ਇੱਦਾਂ ਵੀ ਉਧਰ ਭੱਜ ਗਈ ਉਹ ਬਾਬਾ ਕਿੰਨਾ ਟਾਈਮ ਹੋ ਗਿਆ ਕਬੱਡੀ 'ਚ ਮੈਂ ਆਪਣੇ ਪਿੰਡੋਂ ਸ਼ੁਰੂ ਕੀਤੀ ਸੀ ਇਹਨੂੰ ਮੇਰੇ ਹਿਸਾਬ ਨਾਲ 10-12 ਸਾਲ ਹੋ ਗਏ 10-8 ਸਾਲ ਹੋ ਗਏ 16 ਸਾਲ ਹਮੇ ਹੋ ਗਿਆ ਸਹੀ ਗੱਲ ਆਹੋ ਯਾਰ ਪਹਿਲੀ ਹੋ ਗਿਆ ਭਾਜੀ ਨੂੰ ਹੋ ਗਿਆ 16 ਸਾਲ ਹੋ ਗਿਆ ਹਮੇ ਪਿੰਡ ਹਾਲੇ ਦੋਵਾਂ ਨੂੰ ਦੋਵਾਂ ਦੇ ਦਿੱਤਾ 500 ਰੁਪਏ ਠੀਕ ਹੈ ਨਾ